ਤੁਸੀਂ ਵੀ ਨੱਕ ਬੰਦ ਹੋਣ ਤੇ ਸਟੀਮ ਲੈਣੇ ਹੋ? ਜੇ ਹਾਂ ਤਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਸਟੀਮ ਲੈਣ ਬਾਰੇ ਕੁਝ, ਸਟੀਮ ਦੇ ਕੁਝ ਫਾਇਦਿਆਂ ਬਾਰੇ। ਸਟੀਮ ਲੈਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਸਰਦੀ ਜ਼ੁਕਾਮ ਦੇ ਲੱਛਣਾਂ ਤੋਂ ਵੀ ਛੁਟਕਾਰਾ ਮਿਲਦਾ ਹੈ, ਕਿਉਂਕਿ ਇਸ ਨਾਲ ਸਾਨੂੰ ਟੁਕਵੀਂ ਨਮੀ ਜੋ ਹੈ ਉਹ ਮਿਲਦੀ ਹੈ ਅਤੇ ਇਸ ਨੂੰ ਸਟੀਮ ਥੈਰੇਪੀ ਵੀ ਕਿਹਾ ਜਾਂਦਾ ਹੈ। ਭਾਫ਼ ਲੈਣ ਨਾਲ ਸਾਡੇ ਨੱਕ, ਗਲਾ ਅਤੇ ਛਾਤੀ ਇਹਨਾਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਸਟੀਮ ਲੈਣ ਨਾਲ ਸਾਡੀ ਸਾਹ ਪ੍ਰਣਾਲੀ ਜੋ ਹੈ ਉਹ ਮਜ਼ਬੂਤ ਹੋ ਜਾਂਦੀ ਹੈ, ਕਿਉਂਕਿ ਇਸ ਨਾਲ ਸਾਡੀ ਨਾੜਾਂ ਵਿੱਚ ਜੰਮਿਆ ਖੂਨ ਅਤੇ ਸੁੱਜੀਆਂ ਨਾੜਾਂ ਇਹਨਾਂ ਨੂੰ ਰਾਹਤ ਮਿਲਦੀ ਹੈ, ਜਿਸ ਕਰਕੇ ਸਾਹ ਲੈਣ ਵਿੱਚ ਆਸਾਨੀ ਹੁੰਦੀ ਹੈ ਅਤੇ ਸਾਹ ਪ੍ਰਣਾਲੀ ਵੀ ਮਜ਼ਬੂਤ ਹੁੰਦੀ ਹੈ। ਜੇਕਰ ਤੁਸੀਂ ਆਪਣੀ ਸਕਿਨ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਤਾਂ ਤੁਹਾਡੇ ਲਈ ਵੀ ਸਟੀਮ ਲੈਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਸਟੀਮ ਲੈਣ ਨਾਲ ਸਾਡੇ ਪੋਰਸ ਜੋ ਨੇ ਉਹ ਖੁੱਲ੍ਹ ਜਾਂਦੇ ਹਨ ਅਤੇ ਬਲੈਕਹੈਡਸ ਵਰਗੇ ਅਤੇ ਬਲੈਕਹੈਡਸ ਵੀ ਨਿਕਲ ਜਾਂਦੇ ਹਨ। ਅਤੇ ਇੰਨਾ ਹੀ ਨਹੀਂ, ਮਾਹਿਰਾਂ ਦਾ ਕਹਿਣਾ ਹੈ ਕਿ ਸਟੀਮ ਲੈਣ ਨਾਲ ਸਾਡੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਜਿਵੇਂ ਕਿ ਬੈਕਟੀਰੀਆ ਜਾਂ ਫਿਰ ਕੋਈ ਵੀ ਇਨਫੈਕਸ਼ਨ ਉਹ ਵੀ ਦੂਰ ਹੋ ਜਾਂਦੀ ਹੈ। ਜਿੱਥੇ ਇੱਕ ਪਾਸੇ ਸਟੀਮ ਲੈਣ ਦੇ ਬਹੁਤ ਜ਼ਿਆਦਾ ਫਾਇਦੇ ਹਨ, ਉੱਥੇ ਹੀ ਸਟੀਮ ਲੈਣ ਵੇਲੇ ਤੁਹਾਨੂੰ ਬਹੁਤ ਸਾਰੀ ਗੱਲਾਂ ਦਾ ਧਿਆਨ ਵੀ ਰੱਖਣਾ ਪਏਗਾ। ਜੇਕਰ ਤੁਹਾਡੇ ਫੇਸ ਦੇ ਪੋਰਸ ਬਹੁਤ ਜ਼ਿਆਦਾ ਖੁੱਲ੍ਹੇ ਹੋਏ ਹਨ ਤਾਂ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਜੋ ਹੈ ਉਹ ਸਟੀਮ ਨਾ ਲਿਓ। ਅਤੇ ਜਾਂ ਫਿਰ ਤੁਹਾਨੂੰ ਕੋਈ ਵੀ ਬਿਮਾਰੀ ਦਾ ਸ਼ੱਕ ਹੈ ਜਾਂ ਫਿਰ ਤੁਹਾਨੂੰ ਡਾਊਟ ਹੈ ਕਿ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਸ ਵੇਲੇ ਵੀ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਭਾਫ਼ ਲੈਂਦੇ ਸਮੇਂ ਤੁਹਾਡਾ ਮੂੰਹ ਭਾਂਡੇ ਦੇ ਬਹੁਤੇ ਨੇੜੇ ਨਾ ਹੋਵੇ। ਕਮੈਂਟ ਸੈਕਸ਼ਨ ਵਿੱਚ ਹੋਰ ਸਟੀਮ ਦੇ ਫਾਇਦੇ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅਤੇ ਹੋਰ ਅਪਡੇਟਸ ਲਈ ਵੇਖਦੇ ਰਹੋ ਦਾ ਸਿਟੀ ਹੈੱਡਲਾਈਨਸ।